ਸਾਲਾ ਸਰ ਜਾ ਕੇ ਆਉਣੇ ਸਾਲਾ ਸਰ ਹਾਂ ਅੱਛਾ ਉਹ ਆਪਣੇ ਤਾਂ ਫਿਰ ਬੇਬੀ ਜਾਂਦੀ ਐ ਨਾ ਫਿਰ ਬੇਬੇ ਨੂੰ ਬਨ ਕੇ ਦਿੱਤੇ ਵੀ ਬੇਬੇ ਨਹੀਂ ਜਾਣੇ ਲੈ ਮੈਂ ਤੈਨੂੰ ਪਹਿਲਾਂ ਕੀ ਗੱਲਾਂ ਕਹਿਆਂ ਸੀਗੀਆਂ ਤੜਕੇ ਹੂੰ ਵੀ ਸਫਰ ਕਰਨੇ ਵਾਲੇ ਔਖੇ ਨੇ ਇਹ ਗਰਮੀ ਉਹ ਬਾਹਰ ਹੀ ਐ ਨੀ ਧੁੱਪ ਪੈ ਹੁਣੇ ਪੈਣ ਲੱਗੀ ਦੇਖ ਲੈ ਲੈ ਪਤਾ ਨਹੀਂ ਕਿੱਧਰ ਗਈ ਆ ਧੁੱਪੀ ਮੱਚੀ ਜਾਂਦੇ ਨੇ ਕੱਪੜੇ ਸਾਰਾ ਇਹਨਾਂ ਦਾ ਰੰਗ ਉੱਡ ਜੂ ਐ ਨਹੀਂ ਹੈਗਾ ਵੀ ਬਿਨ ਕਹੇ ਕੋਈ ਚੀਜ਼ ਕੰਮ ਕਰ ਲੂਗੀ ਚੀਜ਼ ਚੱਕ ਕੇ ਅੰਦਰ ਧਰ ਤੂਗੀ ਨਿਹਾਰਪ੍ਰੀਤ ਆ ਕੱਪੜੇ 'ਤੇ ਧੁੱਪੀ ਮੱਚੀ ਜਾਂਦੇ ਨੇਗੇ ਬੇਬੇ ਫਿਰ ਮੈਂ ਭਾਂਡੇ ਧੋਣ ਲੱਗੀ ਫਿਰਤੀ ਹੋਏ ਜੇ ਤੂੰ ਲਾ ਲਈ ਇਹਨਾਂ ਨੂੰ ਤਾਂ ਚੱਕ ਕੇ ਅੰਦਰ ਤੈਹ ਲਾ ਕੇ ਰੱਖ ਦੇ ਕੋਈ ਨਹੀਂ ਲਾ ਦੇਾਂਗੀ ਤੂੰ ਲਾ ਦੇ ਲੈ ਬੇਬੇ ਬੈਠੀ ਬੈਠੀ ਏ ਮੈਂ ਤੇਰੇ ਨਾਲ ਕਿੰਨਾ ਚਿਰ ਕੰਮ ਕਰਾਉਂਗੀ ਹੁਣ ਤੂੰ ਆਪ ਤੇ ਆਪ ਨੂੰ ਵੀ ਨਿਗਰਦਿਆ ਕਰ ਹੁਣ ਸਾਰਾ ਦਿਨ ਮੈਂ ਤਾਂ ਕਿੰਨਾ ਚਿਰ ਕਿਸੇ ਦੇ ਦੁੱਖ ਦੇ ਸੁੱਖ ਦੇ ਵੀ ਜਾਣਾਗਾ ਫਿਰ ਤਾਂ ਮੈਂ ਘਰ ਦੇ ਧੰਦੇ ਚ ਹੀ ਰਹੂੰਗੀ ਨਾ ਦੁੱਖ ਦੇ ਸੁੱਖ ਦੇ ਤੂੰ ਸਾਰਾ ਦਿਨ ਤਾਂ ਨਹੀਂ ਤੁਰੇ ਫਿਰੇਂਗੀ ਲੈ ਮੈਨੂੰ ਸੋ ਕੋਈ ਕੰਮ ਹੁੰਦਾ ਮੈਂ ਰਿਸ਼ਤੇਦਾਰੀ 'ਚ ਜਾਣਾ ਪੈਂਦਾਗਾ ਨਾ ਕਿਹੜੀ ਰਿਸ਼ਤੇਦਾਰੀ 'ਚ ਜਾਣਾ ਬੇਬੇ ਤਾਂ ਹੁਣ ਵੀ ਰਿਸ਼ਤੇਦਾਰੀਆਂ ਨੇ ਜੇ ਕੱਦੀ ਹੋਵੇ ਮੈਂ ਤੈਨੂੰ ਦੱਸਦਾ ਕੋਈ ਨਹੀਂ ਜਿੱਦ ਜਾਣਾ ਹੋ ਉਹਦੇ ਕਰ ਲੂੰਗੀ ਮੈਂ ਜਦੋਂ ਹੁਣਨੀ ਤੂੰ ਮੇਰੇ ਹੁੰਦੇ ਕਰਦੀ ਮੈਨੂੰ ਸੋਚਤਾ ਨਹੀਂ ਸੀ ਕਿ ਵੀ ਜੇ ਮੈਨੇ ਹੁੰਦੀ ਕਰ ਲਿਆ ਕਰ ਫਿਰ ਮੈਨੂੰ ਫਿਕਰ ਨਹੀਂ ਰਹੂਗਾ ਇਹਨੇ ਕਰੀ ਤਾਂ ਜਾਣੀ ਫਿਰ ਤੂੰ ਕਾਹ ਕਰਦੀ ਐ ਅੱਧਾ ਤੂੰ ਕਰਾ ਦੇਣੀ ਕੁਛ ਮੈਂ ਕਰ ਲਾਂ ਨਹੀਂ ਮੈਥੋਂ ਤਾਂ ਇੰਨਾ ਕੀ ਬਣਦਾ ਬੇਬੇ ਪਹਿਲੇ ਦਿਨੋਂ ਭਾਈ ਹੁਣ ਤਾਂ ਤੈਨੂੰ ਕਰਨਾ ਪਿਆ ਕਰੂ ਕਾਲੇ ਕਾਲੀ ਕੰਮ ਕਰਿਆ ਕਰ ਆਏ ਹੌਲੀ ਹੌਲੀ ਨਹੀਂ ਗੱਲ ਚੱਲਦੀ ਚਲ ਚੰਗਾ ਬੇਬੇ ਕਰ ਲਿਆ ਕੋਣ ਕਾਲੀ ਕਾਲੀ ਚਲ ਹੋਰ ਹੁਣ ਕਰ ਲਾ ਕੋਈ ਰਸੋਈ ਚ ਕਿੱਤਾ ਕਿੱਤਾ ਹੁਣ ਭਾਂਡੇ ਤੋਂ ਹੀ ਬੇਬੇ ਪੋਚੇ ਲਾ ਤੇ ਹੋਰ ਕੀ ਕਿੱਤਾ ਕਰਾਂ ਬਾ ਤਾਂ ਚੰਗਾ ਉਹਨਾਂ ਦੇ ਘਰੇ ਜਾ ਕੇ ਆਉਣੀ ਹੈਗੀ ਪਾ ਕੱਪੜੇ ਪ੍ਰੈਸ ਕਰਕੇ ਉਹਨਾਂ ਨਮਾਰੀ ਚਲਾਦੀ ਮੁੰਡੇ ਦੇ ਲਾ ਦੂੰਗੀ ਮੁੰਡੇ ਨੇ ਕਿੱਥੇ ਜਾਣਾ ਕਿੱਥੇ ਜਾਣਾ ਪਏ ਜੰਦਾ ਹਰ ਇੱਕ ਨੂੰ ਪੁੱਛੋ ਲਾਈ ਜਾਂਦੇ ਪਹਿਲਾਂ ਮੈਨੂੰ ਪੁੱਛੀ ਜਾਂਦੇ ਹੁਣ ਉਹਨੂੰ ਪੁੱਛੀ ਜਾਂਦੇ ਉਹਨੇ ਕਿੱਥੇ ਜਾਣਾ ਕੋਈ ਸੌ ਕੰਮ ਹੁੰਦੇ ਨੇ ਕਿ ਬਾਹਰ ਅੰਦਰ ਦੇ ਨਹੀਂ ਚੰਗਾ ਵੇਬ ਕਰਕੇ ਰੱਖ ਦੂੰਗੀ ਨਹੀਂ ਤੇਰੇ ਕਰ ਦੂੰ ਨੇ ਉਹਦੇ ਕਰ ਦੂੰ ਜਾ ਜਾ ਇਹ ਤਾਂ ਜਾਣੀ ਨਹੀਂ ਲੋਟਾਉਂਦੇ ਸਾਰਾ ਦਿਨ ਉਹਦੀ ਲੱਗ ਜੂਗੀ ਟੋਕਾ ਟਾਕੀ ਕਰਨਾ ਆ ਨਹੀਂ ਕਰਿਆ ਉਹ ਨਹੀਂ ਕਰਿਆ ਸਾਰਾ ਨਿੰਨਾ ਕਰੀ ਜਾਂਦੀ ਆ ਭਈ ਜਿੰਨਾ ਕੁ ਮੈਂ ਥੋ ਨਿਬੜਦਾ ਉਹਨਾਂ ਕੋ ਕਾਦਾ ਨਹੀਂ ਮੈਥੋਂ ਤਾਂ ਕਾਲੀ ਹੁੰਦਾ ਨਹੀਂ ਆਪ ਤਾਂ ਹੁਣ ਕਾਲੀ ਏ ਸਾਰਾ ਦਿਨ ਆ ਜਾਣਾ ਤਾਂ ਉਧਰ ਸੀਗਾ ਕਿਧੇ ਗਈ ਆਣ ਉਹ ਜਾਂਦੀ ਏ ਲੈ ਟੱਪੀ ਕਾਲ ਸੀ ਜਾਣਦੀ ਇਧਰੋਂ ਆਈ ਆ ਇਧਰ ਟੱਪ ਗਈ ਘਰੇ ਤਾਂ ਆਪਣੀ ਮਿੰਟ ਖੜਦੀ ਏ ਲੈ ਦੋਸ਼ ਮੈਨੂੰ ਦੇਣ ਲੱਗ ਜਾਂਦੀ ਆ ਆਪ ਕੀ ਏ ਰਸੋਈ ਚ ਲੈ ਕੁਛ ਨਹੀਂ ਹੁਣ ਲੈ ਕਰੀ ਨਹੀਂ ਦਿੰਦਾ ਕੋਈ ਪਤਾ ਨਹੀਂ ਕਿੱਧਰ ਵਗ ਗਿਆ ਹਰਪ੍ਰੀਤ ਕਰੀ ਆਂ ਅ ਮੈਨੂੰ ਪਾਣੀ ਦਾ ਗਲਾਸ ਲਿਆ ਲਿਆਉਣੀ ਆ ਕਰੀ ਆ ਮੈਂ ਕਿੱਧਰ ਜਾਣਾ ਲੈ ਕਿੱਧਰ ਵਾਗੇ ਸੀ ਮੈਂ ਤਾਂ ਇੱਧਰ ਹੀ ਗਿਆ ਸੀ ਪਿੰਡ ਜੀ ਬੇਬੇ ਕਿੱਧਰ ਵਾਗੀ ਬੇਬੇ ਤਾਂ ਬਾਹਰ ਨੂੰ ਵਾਗੀ ਤਾਂ ਕੀ ਕਰਾਉਣਾ ਸੀ ਬੇਬੇ ਤੋਂ ਕੰਮ ਸੀ ਕੋਈ ਮੈਨਾਂ ਕੀ ਕਰਾਉਣਾ ਸੀਗਾ ਹਾਂ ਮੈਂ ਤਾਂ ਦੋਨੇ ਤੁਹੀਂ ਦਿਸੀਆਂ ਨਹੀਂ ਮਾ ਘਰੇ ਨਹੀਂ ਕੋਈ ਨਾ ਮੈਂ ਤਾਂ ਕਦੀ ਸੀ ਮੈਂ ਤਾਂ ਰਸੋਈ ਚ ਸੀਗੀ ਤੇ ਬੇਬੇ ਗਈ ਕਿੱਧਰ ਹੈ ਮੈਨੂੰ ਕਹੜਾਣ ਬੇਬੇ ਦੱਸ ਕੇ ਜਾਂਦੀ ਹੈਗੀ ਬੇਬੇ ਕਿਤੇ ਐ ਤੈਨੂੰ ਐ ਵੀ ਮੈਂ ਜੋ ਪੁੱਛੂਗੀ ਤਾਂ ਮੈਨੂੰ ਦੱਸ ਜੂਗੀ ਮੈਂ ਕੱਧਰ ਜਾਂਦੀ ਆ ਮੈਨਾਂ ਜੀ ਮੈਂ ਤਾਂ ਜਾਖਿਆ ਨਹੀਂ ਮਾੜਾ ਜਾਂ ਕੰਮ ਚੱਲ ਕੋਈ ਨਹੀਂ ਪਿੰਡ ਚ ਹੀ ਗਈ ਹੋਊਗੀ ਤੇ ਬੇਬੇ ਨੇ ਜਾਣਾ ਕਿੱਥੇ ਜਾਣਾ ਹਾਂ ਬੇਬੇ ਨੇ ਮੈਨੂੰ ਆਏ ਤਾਂ ਪਤਾ ਨਹੀਂ ਵੀ ਕਿੱਥੇ ਜਾਣਾ ਹਾਂ ਕਿਸੇ ਰਿਸ਼ਤੇਦਾਰੀ ਚ ਜਾਣਾ ਹੋਰ ਕਿੱਥੇ ਜਾਣਾ ਹੋਊਗਾ ਰਿਸ਼ਤੇਦਾਰਾਂ ਵਿੱਚ ਹੁਣ ਤਾਂ ਸਾਰੇ ਜਾ ਕੇ ਆਈ ਆ ਹੁਣ ਪਿੰਡ ਜਾ ਕੇ ਆਈ ਆ ਮਾਸੀ ਕੋਲੇ ਜਾ ਆਈ ਉੱधर ਬੇਬੀ ਜਾਂਦੀ ਆ ਆਪਣੇ ਹੋਰ ਕੌਣ ਜਾਂਦਾ ਹੈਗਾ ਹੋਰ ਜੇ ਬੇਬੇ ਮੌਕਾ ਦੇਊਗੀ ਫੇਰ ਹੀ ਜਾਵਾਂਗੇ ਆਪਾਂ ਨੇ ਮੌਕੇ ਤੋਂ ਕੀ ਲੈਣਾ ਹੈ ਜਾਣਾ ਕਿਹੜਾ ਸੌਖਾ ਹੈ ਸਮਝੀ ਬੜੀਆ ਬੇਬੇ ਬਗ ਜਾਂਦੀ ਹੈਗੀ ਹਾਂ ਉਹ ਤੂੰ ਨਾ ਜਾਇਆ ਕਰ ਕਿਤੇ ਵੀ ਨਾ ਮੈਨੂੰ ਲੈ ਕੇ ਜਾਣਾ ਨਾ ਆਪ ਜਾਣਾ ਘਰੇ ਬੈਠੇ ਰਹਿਣੇ ਸਾਰਾ ਦਿਨ ਜਦੋਂ ਜਾਣਾ ਆਉਣਾ ਪੈ ਗਿਆ ਨਾ ਉਦੋਂ ਪਤਾ ਲੱਗੂ ਜਾਣਾ ਆਉਣਾ ਬਹੁਤ ਔਖਾ ਹੈਗਾ ਕੋਈ ਔਖਾ ਨਹੀਂ ਬਾਹਰ ਬੰਦਾ ਜਾਇਆ ਆਉਂਦਾ ਕੋਈ ਬਾਣੀ ਮੱਟੀ ਸ਼ਹਿਰ ਹੋ ਜਾਂਦੀ ਏ ਹਾਂ ਸ਼ਹਿਰਾਂ ਕਾਦੀਆਂ ਨੇ ਸਫਰਾਂ 'ਚ ਬਹੁਤ ਔਖਾ ਹੋ ਜਾਂਦਾ ਹੈਗਾ ਜਾਣਾ ਬਾਹਰ ਆਪਦਾ ਘਾਰ ਹੀ ਵਧੀਆ ਹੁੰਦਾ ਆਪਾਂ ਆਪਦਾ ਘਰੇ ਕੰਮ ਕਰੀ ਜਾਂਦੇ ਆ ਬੇਬੇ ਚੱਲ ਰਿਸ਼ਤੇਦਾਰੀ 'ਚ ਜਾਇ ਆਉਂਦੀ ਆ ਜਾ ਤਾਂ ਆਉਂਦੀ ਆ ਚੱਲ ਇਹ ਤਾਂ ਠੀਕ ਐ ਚੱਲ ਕੋਈ ਨਹੀਂ ਮੇਰਾ ਖੇਤ ਜਾ ਕੇ ਆਉਣਾਗਾ ਆ ਹੁਣ ਖੇਤ ਕੀ ਦੁਪਹਿਰੇ 'ਚ ਤੂੰ ਆਰਾਮ ਕਰ ਲੈ ਦੋ ਮਿੰਟ ਮਿੰਟ ਇੱਕ ਦੇ ਮਾਂਪਤ ਕਰੇ ਆਰਾਮ ਕੀ ਕਰ ਲੈ ਕਣਕਰ ਮੋਨ ਵਾਲੀ ਹੈਗੀ ਢੇੜਾ ਮਾਰ ਕੇ ਆਉਣਾ ਮਾਰਿਆ ਕੋਈ ਸ਼ੌ ਮਾਰ ਮੰਗਤਾ ਆ ਜਾਂਦੀ ਇਕੱਲੀ ਨੂੰ ਛੱਡ ਕੇ ਤੁਰੇ ਫਿਰਦੇ ਹੋ ਘਰੇ ਨਹੀਂ ਖੜਦੇ ਤੂੰ ਗੇਟ ਲਾ ਲਿਆ ਕਰ ਵੱਡਾ ਗੇਟ ਕੀ ਲਾ ਲਾ ਫਿਰ ਕਿਛ ਨਹੀਂ ਆਉਣਾ ਹੁੰਦਾ ਫੇਰ ਔਖਾ ਆ ਜਾਂਦਾ ਫਿਰ ਮੈਂ ਜੀ ਅੰਦਰ ਬੈਗੀ ਮੈਨੂੰ ਪਤਾ ਨਹੀਂ ਲੱਗਣਾ ਕੋਈ ਨਹੀਂ ਬੇਬੇ ਆਜੂਗੀ ਬਾਹਰੋਂ ਚੰਗਾ ਜਾਇਆ ਜਾ ਮੈਂ ਟਾਇਆ ਕਰੇ ਆਉਣ ਸਰ ਪੁੱਠੀ ਮੁੜ ਜਾਂਦਾ ਉਹ ਜੀ ਮਾਂ ਆ ਉਹ ਜਾ ਪੱਤਾ ਦੋਨੇ ਨਹੀਂ ਕਰੇ ਖੜਦੇ ਚਲੋ ਤੁਰੇ ਫਿਰ ਉਪਰ ਹੀ ਮੈਂ ਤਾਂ ਗੇਟ ਲਾ ਲੂੰਗੀ ਹੋਰ ਕੀ ਐ ਅੱਜ ਕੋਈ ਸਹੇਲੀ ਵੀ ਨਹੀਂ ਆਈ ਪਤਾ ਨਹੀਂ ਕਿੱਧਰ ਜਾ ਆਏ ਨਹੀਂ ਕਰੇ ਮੈਂ ਇੱਕ ਜਾਣਾ ਸੀਗਾ ਉੱਤਰ ਕਿਸੇ ਦੇ ਘਰੇ ਉਰਾਇਆ ਤੁਸੀਂ ਹਾਂ ਕਿਵੇਂ ਸੀ ਕਿੱਧਰ ਗਏ ਸੀ ਤੁਸੀਂ ਮਾਝੇ ਸੱਤ ਚ ਗਿਆ ਸੀ ਅੱਛਾ ਘਰੇ ਬਹਿ ਜਾ ਕਰੋ ਉੱਥੇ ਕੀ ਆ ਉੱਥੇ ਵਿਹਲੇ ਬੈਠੇ 10 ਮਿੰਟ ਟਾਈਮ ਪਾਸ ਹੋ ਜਾਂਦਾ ਗੱਲਾਂ ਗੁੱਲਾਂ ਮਾਰ ਕੇ ਅੱਛਾ ਉਹ ਮੈਂ ਭੈਣ ਕੰਨੀ ਜਾ ਕੇ ਆਉਣੀ ਆ ਤੁਸੀਂ ਘਰੇ ਰਹੋ ਚੰਗਾ ਕਿਹੜੀ ਭੈਣ ਬੰਨੀ ਇਧਰ ਹਰਪ੍ਰੀਤ ਕਰਨੀ ਹਰਪ੍ਰੀਤ ਬੰਨੀ ਕੀ ਕਰਨੀ ਆਣਾ ਕੰਮ ਆ ਮੈਨੂੰ ਮੜਾ ਜਾ ਕੇ ਆਉਣੀ ਆ ਭੈਣ ਕੋਲ ਗਰਮੀ ਹੈ ਉਹ ਇਤਰੀ ਫਿਰਦੇ ਰਹੇ ਨੇ ਘਰ ਘਰ ਮੈਂ ਹੁਣੇ ਆਜੂ ਚੰਗਾ ਕਾਨੀ ਗਾ ਰੱਖੀ ਨੇ ਪਸੂਣ ਨੀਰਾਚਾਰਾ ਪਾ ਦੀ ਵਾਨ ਦੀ ਪਸੂ ਨੀਰਾ ਜਰਾ ਤੇ ਮੈਂ ਪਾ ਦੂੰ ਕਿੰਨਾ ਟਾਈਮ ਲੱਗੇਗੀ ਫਿਰ ਲੱਗ ਜਾਣਗੇ 10-20 ਮਿੰਟ ਤੇ ਮੈਂ ਆ ਜੂੰਗੀ ਕੋਈ ਨਹੀਂ ਛੇਤੀ ਮੁੜੂੰਗੀ ਚੱਲ ਜਗਾ ਜਾ ਚੰਗਾ ਫਿਰ ਮੈਂ ਜਾ ਕੇ ਆਉਣੀ ਹੁਣ ਲੈ ਖੁੱਲਾ ਛੱਡ ਜਾਂਦੇ ਜਮਾ 12 ਨਹੀਂ ਮਾੜਾ ਮੋਟਾ ਪੇੜ ਜੀ ਸੌ ਫਿਰਦਾ ਪਾਲੀ ਕਿੱਧਰ ਆਉਂਦੀ ਕੁੜੀ ਕੀ ਕਰਦੀ ਸੀ ਭੈਣੇ ਭੈਣੇ ਬਸ ਬਾਹਰ ਲਾਉਣ ਆਈ ਸੀਗੀ ਮੈਂ ਖੁੱਲਾ ਛੱਡ ਜਾਂਦੇ ਐ ਅੱਛਾ ਮੈਂ ਤੇਰੇ ਕੰਨੀ ਆਈ ਸੀ ਚੱਲ ਆ ਜਾ ਫਿਰ ਬਹਿ ਕੇ ਗੱਲ ਕਰ ਲੈਂਦੇ ਆ। ਬਹਿ ਨਾ ਆ ਜਾ ਬਹਿ ਕੇ ਗੱਲ ਕਰਕੇ ਫਿਰ ਆਪਾਂ। ਚੱਲ ਗੱਲ ਕਰ ਲੈਂਦੇ ਆ ਇਹ ਜੀ ਕੀ ਗੱਲ ਕਰਨ ਆਈ ਆਂ ਪਾਲੀ। ਬਹਿ ਕੇ ਦੱਸਦੀ ਆ ਤੈਨੂੰ ਬਹਿ ਜਾ। ਲੈ ਦੱਸ ਫਿਰ। ਹੋਰ ਕਿੱਥੇ ਚੱਲ ਗਏ ਆਪਾਂ? ਕਿੱਥੇ ਚੱਲੀਏ? ਕੋਈ ਸ਼ਰਸ਼ ਪੱਟਾ ਕਰੇ ਆਉਣੀ ਆ। ਕਿਹੜੇ ਸ਼ਰਸ਼ ਪੱਟੇ ਤੇ ਜਾਨੀ ਤੂੰ ਬਗ ਜਾਨੀ ਆ। ਤੇ ਹੋਰ ਮੈਂ ਤਾਂ ਸਾਲਾ ਸਰ ਦੀ ਗੱਲ ਕਰਨ ਆਈ ਆਂ ਮੈਂ ਭੈਣ ਨੂੰ ਪੁੱਛ ਕੇ ਆਉਣੀ ਆਂ ਸਾਲਾ ਸਰ ਚੱਲ ਗਏ ਆਪਾਂ। ਨਹੀਂ ਸਾਡੇ ਤਾਂ ਬੇਬੇ ਜਾਂਦੀ ਆ ਮੈਂ ਤਾਂ ਕਦੇ ਗਈ ਨਹੀਂ ਜਮੀ। ਅੱਛਾ ਹਾਂ ਫਿਰ ਐਤ ਕੀ ਬੇਬੇ ਦੀ ਛੁੱਟੀ ਕਰਾ ਦੇ ਆਪਾਂ ਜਾਇ ਆਉਣੀ ਆ। ਬੇਬੇ ਕਿੱਥੋਂ ਮਾਰਦੀ ਛੁੱਟੀ ਬੇਬੇ ਤਾਂ ਮੂਹਰੇ ਰਹਿੰਦੀ ਐ ਬੇਬੇ ਤਾਂ ਮੈਨੂੰ ਬਾਹਰ ਨਹੀਂ ਕਿਸੇ ਦੇ ਜਾਣ ਦਿੰਦੀ ਆਪ ਜਾਂਦੀ ਐ ਹੁੰਦੇ ਲੱ ਗਈ ਹੋਈ ਕਦੋਂ ਦੀ ਤੂੰ ਬੇਬੇ ਬਾਈ ਨਾਲ ਗੱਲ ਕਰ ਲਈ ਬਾਈ ਆਪੇ ਕਹਿ ਦੂਗਾ ਬਾਈ ਨੇ ਸਮਝਾ ਲਈ ਮੈਂ ਤੂੰ ਕੱਲੂ ਹੀ ਜਾਏਂਗੀ ਨਾ ਮੈਂ ਤੇ ਜੱਗਾ ਤੋਂ ਨਾ ਜਾਵਾਂਗੇ ਅੱਛਾ ਬਾਈ ਵੀ ਜਾਊਗਾ ਨਾਲ ਹਾਂ ਜਾਵਾਂਗੇ ਇਸ ਤਾਂ ਦੋਨੇ ਅੱਜ ਕੀ ਹੂੰ ਤਾਂ ਫਿਰ ਆਪਣੇ ਬੱਸਾਂ ਜਾਂਦਾਂਗਾ ਹਨਾ ਹਾਂ ਤੇ ਚਲ ਆਪਾਂ ਗੱਡੀ ਗੁੱਡੀ ਕਰਾ ਲਾਂਗੇ ਸਪੈਸ਼ਲ ਗੱਡੀ ਤੇ ਜਾਣਾ ਨਾ ਨਾ ਗੱਡੀ ਦੀ ਕੀ ਲੋੜ ਆਪਣੇ ਤਾਂ ਬੱਸਾਂ ਜਾਂਦਾਂਗੇ ਕੱਲ ਫਿਰ ਤੂੰ ਬਾਈ ਨਰੇ ਕਰ ਲਈ ਫਿਰ ਚਲ ਆਪਾਂ ਬਸਤੀ ਚੱਲਾਂਗੇ ਸਾਰੇ ਬਾਈ ਨੂੰ ਪੁੱਛ ਕੇ ਦੇਖ ਲੂੰਗੀ ਜੇ ਜਾਊਗਾ ਮੈਨੂੰ ਤਾਂ ਬਾਈ ਕਿਤੇ ਲੈ ਕੇ ਨਹੀਂ ਜਾਂਦਾ ਬਾਈ ਨਾ ਤਾਂ ਆਪ ਜਾਵੇ ਨਾ ਮੈਨੂੰ ਲੈ ਕੇ ਜਾਵੇ ਇੱਥੇ ਤਾਂ ਨਾ ਦੇਸੀ ਕਿਉਂ ਦੇ ਲੱਡੂ ਦੇਗ ਸਭ ਕੁਝ ਦੇਸੀ ਕਿਉਂ ਦਾ ਹੁੰਦਾ ਬਾਲਾ ਸੋਹਣਾ ਪ੍ਰੋਗਰਾਮ ਹੁੰਦਾ ਨਹੀਂ ਸੁਣਿਆ ਤਾਂ ਮੈਂ ਵੀ ਇਹ ਕਹੀ ਜਾਣੀ ਨੇ ਦੱਸਿਆ ਮੈਨੂੰ ਕਿਹਨੇ ਬਾਲੇ ਹੀ ਵਧੀਆ ਹੁੰਦਾ ਤੂੰ ਜਾ ਕੇ ਤਾਂ ਵੇਖੀ ਇੱਕ ਵਾਰੀ ਫਿਰ ਤੇਰੇ ਜੀ ਕਰਿਆ ਕਰੂ ਹਰ ਵਾਰ ਜਾਣ ਨੂੰ ਚੱਲ ਜੀ ਮੈਂ ਤੇਰੇ ਬਾਈ ਨੂੰ ਪੁੱਛ ਕੇ ਦੇਖੂੰਗੀ ਤਾਂ ਇਹ ਤਾਂ ਸਾਡੀ ਬੁੜੀ ਭੱਜੀ ਆਂਦੀ ਹਰ ਵਾਰੀ ਸਾਡੀ ਬੁੜੀ ਹੁੰਦੀ ਹੈ ਚੰਗਾ ਫਿਰ ਮੈਂ ਜਾਨੀ ਫਿਰ ਚਾਚੀ ਆ ਚੰਗਾ ਚਾਚੀ ਕਿੱਧਰ ਸੀ ਕਿ ਦੁਪਹਿਰੇ ਕੋੜਾ ਘਰੇ ਬੈ ਗਿਆ ਕਰ ਚਾਚੀ ਮੈਂ ਤੂੰ ਹੀ ਆ ਗਈ ਸੀ ਕੰਮ ਆਈ ਸੀ ਭੈਣ ਕੋਲੇ ਬੇਲੀ ਸੀ ਚੰਗਾ ਚਾਚੀ ਮੈਂ ਤੇ ਜਾਨੀ ਆ ਮੈਂ ਸ਼ਿਕਰ ਦੁਪਹਿਰੇ ਕਿੱਧਰ ਤੁਰੇ ਫਿਰਦੀ ਆ ਬੇਬੇ ਜਿੱਧਰ ਤੂੰ ਤੁਰੇ ਫਿਰਦੀ ਆ ਉਧਰ ਹੀ ਇਹ ਤੁਰੇ ਫਿਰਦੀ ਤੂੰ ਵੀ ਤਾਂ ਹੁਣ ਦੁਪਹਿਰੀ ਆਈ ਐ ਇਹ ਕੀ ਕਰਨਾ ਸੀ ਪਹਿਲਾਂ ਮੈਨੂੰ ਐ ਦੱਸ ਕੀ ਕਰਨਾ ਆਉਣਾ ਸੀ ਬੇਬੇ ਹੁਣ ਐ ਦੱਸ ਪਹਿਲਾਂ ਤੂੰ ਕੀ ਕਰਨ ਗਈ ਸੀ ਮੈਂ ਤਾਂ ਕੰਮ ਗਈ ਸੀ ਕਿ ਫਰੇ ਵੀ ਕੰਮ ਆ ਗਈ ਮੇਰੇ ਕੋਲ ਇਹ ਕੀ ਲੈ ਕੇ ਗਈ ਤੇ ਇਥੋਂ ਮੈਨੂੰ ਆਏ ਦੱਸ ਇਹ ਬੇਲੇ ਜਾਣਾ ਲੈ ਕੇ ਤਾਂ ਤੂੰ ਵੀ ਨਹੀਂ ਆਈ ਕੁਝ ਜਿਉ ਨਹੀਂ ਲੈ ਕੇ ਗਈ ਤੇ ਮੇਰੀ ਗੱਲ ਸੁਣ ਤੂੰ ਮੈਨੂੰ ਉਹਦੇ ਬਰਾਬਰ ਰੱਖਦੀ ਹੈ ਆਬਦੀ ਨੂੰ ਬਰਾਬਰ ਰੱਖਣਾ ਜੇ ਕੋ ਮੇਰੇ ਕੋਲ ਆ ਗਈ ਫਿਰ ਤਾਂ ਕਿ ਕੀ ਲੈ ਕੇ ਆਈ ਹੈ ਕੀ ਦੇ ਕੇ ਗਈ ਹੈ ਤੈਨੂੰ ਤੇ ਤੂੰ ਤੁਰ ਹੀ ਫਿਰਦੀ ਹੈ ਕੋਈ ਗੱਲ ਨਹੀਂ ਹੁਣ ਮੈਂ ਕੱਲੂ ਜਾਂਦੀ ਨਹੀਂ ਤੂੰ ਦੇਖੀ ਚੱਲੀ ਫਿਰ ਨਾ ਜਾਈ ਨਾ ਜਾਇਆ ਕਰ ਉਹ ਤਾਂ ਕੱਲੀ ਨੂੰ ਛੱਡ ਕੇ ਤੁਰ ਜਾਨੀ ਐ ਫਿਰ ਮੇਰੇ ਕੋਲ ਕੋ ਆ ਗਿਆ ਮੈਂ ਗੱਲਾਂ ਕਰਨ ਲੱਗ ਗਈ ਫਿਰ ਸ਼ੱਕ ਕਰਨਾ ਕਿ ਇਹ ਨਹੀਂ ਕਰਨ ਕੀ ਆਈ ਸੀ ਦੇਖ ਕੇ ਕੀ ਗਈ ਲੈ ਕੇ ਗਈ ਹੈ ਆਹੀ ਗੱਲਾਂ ਤੇਰੀਆਂ ਤਾਂ ਪਤਾ ਨਹੀਂ ਕਿੱਧਰ ਗਿਆ ਕਿਹੜੇ ਵੇਲੇ ਦਹਾਜਾ ਜਾਇਏ ਨਹੀਂ। ਨਾ ਕੋਈ ਪਤਾ ਲੱਗਿਆ ਵੀ ਸੀਟ ਸੂਟ ਬੁੱਕ ਕਰਾਈਆ ਕਿ ਨਹੀਂ ਕਰਾਈ ਪਤਾ ਲੱਗ ਜਾਂਦਾ। ਚੱਲ ਗਏ ਹਨ ਘਰੇ। ਉਹ ਬੈਠੀ ਆ ਪਾਲੀ ਤਾਂ ਅੰਦਰ ਮੰਜੇ ਤੇ ਚੜੀ। ਕਿਧਰ ਆਏ ਹੋ ਤੁਸੀਂ? ਮੈਂ ਤਾਂ ਇਧਰੋਂ ਸੱਚ ਕਿਹੜਾ ਕੱਢ ਕੇ ਆਇਆ। ਸਾਡੀ ਡਿੱਕੀ ਨਹੀਂ ਬਹਿ ਜਾ। ਅੱਛਾ। ਕਿਵੇਂ ਸੀ? ਕੋਈ ਕਰਿਆ ਨਹੀਂ ਸੀਟ ਸੂਟ ਦਾ ਸੀਟ ਸੂਟ ਬੁੱਕ ਕਰਾਇਆ ਹਾਂ ਦੇ ਆਪਣੀ? ਸੀਟ ਮੈਂ ਤਾਂ ਜਾਨਣਾ ਹੈਗਾ ਸੀਟ ਬੁੱਕ ਕਰਾਉਣਾ। ਹੂੰ ਤੇ ਤੂੰ ਜਾਣਾਗਾ ਪੱਕਾ ਮੈਂ ਤਾਂ ਜਾਵਾਂਗੀ ਜਾਊਂਗੇ ਕਿ ਤੁਸੀਂ ਵੀ ਚੱਲਿਓ ਬਾਈ ਵੀ ਜਾਊਗਾ ਅਦਰ ਲਾ ਬਾਈ ਤੇ ਭੈਣ ਦੋਨੇ ਮੈਂ ਕੀ ਕਰੂੰਗਾ ਲੈ ਬਾਈ ਜਾਊਗਾ ਸਿੱਗੇ ਨਾ ਤੇਰੇ ਮੈਂ ਤਾਂ ਕਹਿ ਕੇ ਆਈ ਆ ਵੀ ਅਸੀਂ ਦੋਨੇ ਜਾਵਾਂਗੇ ਮਾਂ ਕਿਤੇ ਗਿਆ ਤਾਂ ਹੈ ਨਹੀਂ ਪਹਿਲਾਂ ਯਾਰ ਤੇ ਫੇਰ ਕੀ ਹੁੰਦਾ ਹੈ ਕਿ ਜਾਵੜੀ ਵੇਖ ਹੀ ਵਧੀਆ ਪ੍ਰੋਗਰਾਮ ਬੜਾ ਸੋਹਣਾ ਪ੍ਰੋਗਰਾਮ ਹੁੰਦਾ ਦੇਸੀ ਘਿਓ ਦੇ ਲੱਡੂ ਦੇਸੀ ਘਿਓ ਦਾ ਸਾਰਾ ਕੁਝ ਹੁੰਦਾ ਉੱਥੇ ਅੱਛਾ ਹੋਰ ਹੈ ਅੱਜ ਕਿ ਬਹਿ ਕੇ ਤੂੰ ਬਾਈ ਤੇ ਜਾਊਗਾ ਬਾਈ ਤੇ ਤਿਆਰੀ ਕੀਤੀ ਬੈਠਾ ਮਾਂ ਦਾ ਸੁਣਾ ਕਹਿੰਦੇ ਕੱਲੀਆਂ ਬੁੜੀਆਂ ਹੀ ਜਾਂਦੀਆਂ ਹੁੰਦੀਆਂ ਨਾ ਸਾਰੇ ਜਾਂਦੇ ਬੰਦੇ ਬੁੜੀਆਂ ਇੱਥੇ ਕੋਈ ਰੋਕ ਟੋਕ ਨਹੀਂ ਸਭ ਜਾਂਦੇ ਆ ਅੱਛਾ ਹਾਂ ਘੱਠ ਵਾਲਾ ਹੁੰਦਾ ਹੈ ਬਾੜਾ ਘੱਠ ਹੁੰਦਾ ਤੇ ਦੋ ਕਰਾ ਲਈ ਸੀਟਾ ਬੁੱਕ ਆਪਣੀਆਂ ਦੋਨਾਂ ਦੀਆਂ ਤੇ ਦੋ ਹੰਨਾਂ ਦੀਆਂ ਹੋਣੀਆਂ ਚੱਲ ਮੈਂ ਦੇਖਦਾ ਫਿਰ ਚੰਗਾ ਹਾਂ ਚੱਲਾਂਗੇ ਜ਼ਰੂਰ ਚੱਲੀ ਹਣ ਤੂੰ ਆਪ ਨਾਲ ਉਹ ਤਾਂ ਬੋਲੀ ਤਾਂ ਰੋ ਜਾਂਦਾ ਸਪੀਕਰ 'ਚ ਹਾਂ ਸੀਟਾ ਬੁੱਕ ਕਰਾਏ ਸੀਟਾ ਕੀ ਸੀਟੀ ਕੱਟ ਰਹੀ ਨਹੀਂ ਹੋਰ ਫਿਰ ਖੜ ਕੇ ਜਾਣਾ ਔਖਾ ਹੋ ਜਿਓ ਆਪਾਂ ਨੂੰ ਤਾਂ ਸੀਟਾ ਬੁੱਕ ਕਰਾਇਆ ਹੋਣੀ ਮੈਂ ਲਾਈਨਾਂ ਫਿਰ ਪਤਾ ਚੰਗਾ ਹਾਂ ਤੂੰ ਸੀਟ ਬੁੱਕ ਕਰਾਇਆ ਕੀ ਐ ਸੀਟਾਂ ਹੀ ਘਟ ਰਹਿ ਗਈਆਂ ਹੁਣ ਹੋਰ ਫਿਰ ਆਪਾਂ ਨੂੰ ਖੜਕ ਕੇ ਜਾਣਾ ਇੰਨੇ ਸਫ਼ਰ ਚ ਔਖਾ ਹੋ ਜੂ ਮੈਂ ਤਾਂ ਫਿਰ ਪੁੱਛ ਕੇ ਆਉਣਾ ਫਿਰ ਉਹਨਾਂ ਨੂੰ ਹੋਰ ਲੈ ਹਜੇ ਆ ਫਿਰ ਤਾਂ ਸੀਟਾਂ ਮੈਂ ਕਿੱਦੇ ਦੀ ਆਖੀ ਨਹੀਂ ਸੀਟਾਂ ਬੁੱਕ ਕਰਾਈ ਸੀ ਤਾਂ ਖੜਕ ਕੇ ਜਾਏਗਾ ਫਿਰ ਇੰਨੀ ਬਟ ਤਾਂ ਤੰਗ ਨਾ ਹੋਏਗਾ ਹੁਣ ਸੀਟਾਂ ਬੁੱਕ ਕਰਾਇਆ ਜਾ ਕੇ ਲੈ ਇੰਨਾ ਕਹਿ ਕੇ ਗਿਆ ਸੀਗਾ ਵੀ ਵੱਡਾ ਗੇਟ ਲਾ ਲਈ ਛਪਟ ਕਰਿਆ ਪਿਆਗਾ ਇੱਕ ਤਾਂ ਗੱਲ ਵੀ ਨਹੀਂ ਮੰਨਦੀਆਂ ਕਿਸੇ ਦੀ ਇਹ ਜਾਂ ਫਿਰ ਬੇਬੇ ਘਰੇ ਆ ਗਈ ਹੋਗੀ ਦੇਖਦੇ ਆ ਹਰਪ੍ਰੀਤ ਆ ਗਏ ਉਹ ਤਾਂ ਪਈ ਹੈਗੀ ਹੋਰ ਕੀ ਕਰਾਂ ਤੇ ਬੇਬੇ ਆ ਗਈ ਘਰੇ ਹਾਂ ਬੇਬੇ ਘਰੀ ਹੈ ਤੇ ਮੈਂ ਤੈਨੂੰ ਕੀ ਕਹਿ ਕੇ ਗਿਆ ਸੀਗਾ ਵੀ ਵੱਡਾ ਗੇਟਾ ਲਾ ਲਿਓ ਸਪੱਟ ਪਿਆ ਗੇਟ ਜਮ ਗੇਟ ਕਿਵੇਂ ਲਾਲਾਂ ਪਸੂਆਂ ਕੋਲੇ ਕੋ ਕੁੱਤਾ ਆ ਜਿੰਦਾ ਕੋ ਪਸ਼ੂ ਆ ਜਿੰਦਾ ਫਿਰ ਔਖਾ ਹੋ ਜਾਂਦਾ ਇੱਥੇ ਜੀ ਪਈ ਸੀ ਪਤੀ ਨਹੀਂ ਲੱਗੇ ਕਦੋਂ ਨੀਂਦ ਆ ਗਈ ਮੈਨੂੰ ਤਾਂ ਤੇ ਬੇਬੇ ਕਿੱਧਰ ਵਾ ਗਈ ਬੇਬੇ ਅੰਦਰ ਪੈ ਗਈ ਅੱਛਾ ਬੇਬੇ ਅੰਦਰ ਪੈ ਗਈ ਹਾਂ ਬੇਬੇ ਕਿੱਥੇ ਪੈਂਦੀ ਹੈ ਬਾਹਰ ਬੇਬੇ ਕਹਿੰਦੀ ਭਈ ਮੈਥੋਂ ਨਹੀਂ ਪਈ ਦਾ ਇਹ ਪਸੂਆਂ ਦੇ ਆਪੇ ਰੱਖੀ ਰੱਖ ਲੈ ਚੱਲ ਵਧੀਆ ਮੈਂ ਤਾਂ ਆਪ 2 ਘੰਟੇ ਆਰਾਮ ਕਰਦਾ ਮੈਂ ਵੀ ਪੈਣਾ ਜਾ ਕੇ ਅੰਦਰ ਪੈਣਾ ਤਾਂ ਹੈਗਾ ਮੇਰੀ ਮੰਜੀ ਗੱਲ ਸੁਣ ਕੀ ਗੱਲ ਸੁਣਾ ਗੱਲ ਤਾਂ ਅੱਜ ਮੇਰੇ ਕੋਲੇ ਪਾਲੀ ਆਈ ਸੀ ਤੇਰੇ ਵਾਦੋਂ ਅੱਛਾ ਤੇ ਪਾਲੀ ਮੈਨ ਸਾਲਾ ਸਰ ਜਾ ਕੇ ਆਉਣੇ ਸਾਲਾ ਸਰ ਹਾਂ ਅੱਛਾ ਉਹ ਆਪਣੇ ਤਾਂ ਫਿਰ ਬੇਬੀ ਜਾਂਦੀ ਐ ਨਾ ਫਿਰ ਬੇਬੇ ਨੂੰ ਬਨ ਕੇ ਦਿੱਤੇ ਵੀ ਬੇਬੇ ਨਹੀਂ ਜਾਣੇ ਲੈ ਮੈਂ ਤੈਨੂੰ ਪਹਿਲਾਂ ਕੀ ਗੱਲਾਂ ਕਈਆਂ ਸੀਗੀਆਂ ਤੜਕੇ ਹੂੰ ਵੀ ਸਫਰ ਕਰਨੇ ਵਾਲੇ ਔਖੇ ਨੇ ਕੋਈ ਨਹੀਂ ਸਾਰੇ ਪਿੰਡ ਦੀਆਂ ਬੁੜੂਆਂ ਜਾਂਦੀਆਂ ਮੈਂ ਤੈਨੂੰ ਦੱਸਾਂ ਮੈਂ ਤਾਂ ਇਤਕੀ ਸ਼ਾਲਾ ਸਰ ਜਾਊਂਗੀ ਮੈਂ ਤਾਂ ਲੈ ਕੇ ਚੱਲਣਾ ਇਹ ਜੱਗਾ ਤੇ ਪਾਲੀ ਦੋਨੇ ਜਾਣਗੀ ਦੋਨੇ ਜੀ ਜਾਣਗੇ ਉਹ ਹਾਂ ਓਏ ਉਹ ਤਾਂ ਵਗ ਜਾਣਗੇ ਆਪਾਂ ਨੂੰ ਬੇਬੇ ਕਿੱਥੇ ਜਾਣਦੀਆਂ ਤੈਨੂੰ ਪਤਾ ਤਾਂ ਹੈਗਾ ਤੂੰ ਪੁੱਛ ਕੇ ਤਾਂ ਦੇਖ ਲੈ ਬੇਬੇ ਨੂੰ ਕੀ ਹਾਂ ਕਰਦੇ ਬੇਬੇ ਤੂੰ ਪੁੱਛ ਲੈ ਬੇਬੇ ਨੂੰ ਮੈਂ ਤਾਂ ਨਹੀਂ ਪੁੱਛਦੀ ਪਛਦੀ ਤੇ ਬੇਬੇ ਨੂੰ ਕੌਣ ਪੁੱਛੇ ਨਾ ਬੇਬੇਪਨੂ ਜਾਣ ਦੇਵੇਂ ਚੰਗਾ ਲੈ ਪੈ ਜਾ ਤੂੰ ਕਿੱਥੇ ਜਾਣਾ ਲੈ ਕੇ ਮੈਨੂੰ ਪਤੀ ਸੀ ਤੇਰਾ ਤੂੰ ਪੁੱਛ ਲਈ ਫਿਰ ਬੇਬੇ ਨੂੰ ਤੇ ਜਾਣ ਦੇ ਦੋ ਹੋਰ ਦੇਖੇ ਜਾਣ ਕੇ ਆਏ ਭਿੰਡਾਂ ਵਾਲੀ ਆ ਉਸਤ ਬਾੜ ਚੱਤ ਮੈਨੂੰ ਪਾਉਣ ਨੂੰ ਕਹਿੰਦੇ ਤੂੰ ਪੁੱਛ ਲੈ ਤੇ ਫੇਰ ਆਹੀ ਤਾਂ ਗੱਲ ਹੈਗੀ ਹਾਂ ਆਪਾਂ ਦਾ ਦਰਦਾਂ ਤੋਂ ਆਪਣੇ ਤਾਂ ਬੇਬੀ ਜਾਊ ਆਪਾਂ ਨੂੰ ਨਹੀਂ ਜਾਣਨ ਦੀ ਅਬੇ ਬੇਬੇ ਨੂੰ ਮੂਰੇ ਰੱਖਿਆ ਕਰ ਮੈਨੂੰ ਬਸ ਤੇ ਨਾ ਜਾਣ ਦੇ ਦੋ ਘੰਟੇ ਮੈਨੂੰ ਬੇਬੇ ਵਾਗੀ ਨਾ ਮੈਂ ਤਾਂ ਪੇਕੀ ਜਾਂਦੀ ਹਾਂ ਤੈਨੂੰ ਕੱਲੇ ਨਹੀਂ ਛੱਡ ਕੇ ਜਾਂ ਘਰੇ ਕੋਈ ਨਹੀਂ ਕੈਂ ਐਂ ਹੀ ਪੇਕੀ ਅਗਰ ਲਾਲ ਹਾਂ ਬੇਬੇ ਪੈ ਗਿਆ ਭਾਈ ਹਾਂ ਪੈ ਗਿਆ ਸੀਗਾ ਬੇਬੇ ਮਹਾ ਦੋ ਘੰਟੇ ਆਰਾਮ ਕਰ ਲੀ ਗੇ ਮੈਂ ਤੈਨੂੰ ਐਂ ਕਹਿੰਦੀ ਸੀ ਮੁੰਡਿਆ ਸੀਟ ਬੁੱਕ ਕਰਾਏ ਆਉਂਦਾ ਤੂੰ ਸੀਟ ਬੁੱਕ ਬੇਬੇ ਹੋਰ ਸਰਲਾ ਸਰਦੀ ਸਾਲਾ ਸਰਤਾ ਹਜੇ ਬਾਲੇ ਦਿਨ ਪੈਣੇ ਜਾਣ ਚ ਦਿਨ ਤਾਂ ਪੈਏ ਨੇ ਗੇ ਉਹ ਤਾਂ ਮੈਨੂੰ ਵੀ ਤੇ ਨਾ ਫਿਰ ਪਾਈ ਭੀੜ ਭੜਕਾ ਹੋ ਜਾਂਦਾ ਉੱਥੇ ਖੜਕੇ ਜਾਣਾ ਪੈਂਦਾ ਬੁੜੀਆਂ ਨੂੰ ਉਹ ਤਾਂ ਮੇਰੀ ਗੱਲ ਠੀਕ ਐ ਵੀ ਸਫਰ ਵਾਲੇ ਖੜਕੇ ਤੇ ਕਿੱਥੇ ਜਾਇਆ ਜਾਂਦਾ ਹੋਰ ਖੜਿਆ ਨਹੀਂ ਜਾਂਦਾ ਗਾ ਲੱਤਾਂ ਦੁਖਣ ਲੱਗ ਜਾਂਦੀਆਂ ਨੇ ਪਿਛਲੀ ਵਾਰ ਵੀ ਸਾਡੇ ਨਾਲ ਹੀ ਹੋਈ ਬੇਬੇ ਮੇਰੀ ਗੱਲ ਸੁਣ ਲੈ ਉਹਦਾ ਤੇਰੀ ਨਾ ਸੀਟ ਪੱਕੀ ਹੁੰਦੀ ਐ ਉਹਨਾਂ ਨੂੰ ਪਤਾ ਹੀ ਹੁੰਦਾ ਪਤਾ ਨਹੀਂ ਆਇਦ ਕਿ ਤਾ ਪਈ ਦੋ ਸੀਟਾਂ ਬੁੱਕ ਕਰਾ ਕੇ ਆਈ ਤੂੰ ਦੋ ਸੀਟਾਂ ਬੇਬੇ ਹਾਂ ਲੈ ਇੱਕ ਤੇਰੇ ਨਾਲ ਹੋਰ ਕੌਣ ਜਾਊਗਾ ਤਾ ਜਾਣ ਤੋਂ ਕੀ ਲੈਣਾ ਤੈਨੂੰ ਮੈਂ ਜਦੋਂ ਕਿਹਾਗਾ ਜੇ ਕਰਾਉਣੀ ਆ ਤਾਂ ਦੱਸ ਦੇ ਨਹੀਂ ਪਈ ਮੈਂ ਆਪ ਵਗ ਜੂਗੀ ਨਹੀਂ ਬੇਬੇ ਸੀਟ ਤਾਂ ਤੇਰੀ ਮਾਈ ਬੁੱਕ ਕਰਾਉਣਾ ਹੋਣਾ ਮੈਂ ਹੀ ਬੁੱਕ ਕਰਾ ਕੇ ਆਉਂ ਜੇ ਤੂੰ ਦੋ ਕਹਿੰਦੀ ਮੈਂ ਦੋ ਕਰਾ ਆਉ ਪਰ ਮੈਨੂੰ ਐਂ ਦੱਸਦੇ ਨੇ ਨਾਲ ਚ ਕੌਣ ਜਾਊ ਤਾ ਨਾਲ ਤੋਂ ਕੀ ਲੈਣਾਗਾ ਤੂੰ ਸੀਟ ਬੁੱਕ ਕਰਾਉਣੀ ਆ ਕਿ ਨਹੀਂ ਨਾ ਬੇਬੇ ਸੀਟ ਤਾਂ ਮੈਂ ਕੋਈ ਗੱਲ ਨਹੀਂ ਮੈਂ ਆਪੇ ਬੁੱਕ ਕਰਾ ਆ ਜਾਊਗਾ ਦੋ ਕਰਾ ਦੂਗਾ ਕੋਈ ਗੱਲ ਨਹੀਂ ਚੰਗਾ ਫਿਰ ਅੱਜ ਜਾਈ ਚੰਗਾ ਅੱਜੀ ਕਰਾਈ ਮੈਂ ਤਾਂ ਬੇਬੇ ਅੱਜੀ ਕਰਾਉਣ ਉਪਰ ਹਯਾ ਦਿਨ ਵਾਲੇ ਪਏ ਨੇ ਦੈਨ ਨਹੀਂ ਬਈ ਕੋਈ ਨਹੀਂ ਹੁੰਦਾ ਕਾ ਆਪਾਂ ਸਮਾਂ ਦੀ ਮੂਰੇ ਨਹੀਂ ਤਾਂ ਸੀਟ ਮਿਲ ਜਾਂਦੀ ਹੈਗੀ ਨਹੀਂ ਫਿਰ ਪਿੱਛੇ ਬੈਠਣਾ ਪੈਂਦਾ ਪੇੜ ਪੱਕਾ ਇੱਕ ਗਰਮੀ ਜੀ ਹੋ ਜਾਂਦੀ ਹੈਗੀ ਚੰਗਾ ਬੇਬੇ ਫਿਰ ਹਰਪ੍ਰੀਤ ਨੂੰ ਬੋਲ ਮਾਰਾਂ ਮੈਨੂੰ ਰੁਪਏ ਕੱਢ ਕੇ ਫੜਾ ਗੋ ਅੰਦਰੋਂ ਤੇ ਮੈਂ ਸੀਟ ਆਜੀ ਬੁੱਕ ਕਰਾਇਆ ਹੁਣ ਕਹਦੇ ਹਰਪ੍ਰੀਤ ਹਰਪ੍ਰੀਤ ਲ ਹਰਪ੍ਰੀਤ ਆਉਂਦੀ ਹੈਗੀ ਤੇ ਮੈਂ ਪਸ਼ੂਆਂ ਕੋਲੇ ਗਿਆੜਾ ਮਾਰਿਆ ਵਾ ਚੰਗਾ ਬੇਬੇ ਦੇਖਿਆ ਪਸ਼ੂ ਤੂੰ ਕੀ ਕਹਿੰਦੀ ਐ ਤੂੰ ਮੈਨੂੰ ਐਂ ਕਰ ਹਾਂ 400 ਰੁਪਏ ਲੈ ਕੇ ਦੇ ਮੈਂ ਤਾਂ ਸ਼ੀਟ ਬੁੱਕ ਕਰਾ ਕੇ ਹੋਣੀ ਆ ਬੇਬੇ ਵਾਸਤੇ ਦੋ ਸੀਟਾਂ ਬੁੱਕ ਕਰਾਉਣੀਆਂ ਬੇਬੇ ਕਹਿੰਦੀਆਂ। ਨਾ ਦੋ ਸੀਟਾਂ ਕੀ ਕਰਨੀਆਂ ਬੇਬੇ ਨੇ ਬੇਬੇ ਇਕੱਲੀ ਜਾਣੀ ਤਾਂ ਜਾਊਗੀ। ਮੈਨੂੰ ਕਿਹਾ ਨੇ ਦੱਸਿਆ ਪਹਿਲਾਂ ਤਾਂ ਉਹ ਇਕੱਲੀ ਜਾਂਦੀ ਹੁੰਦੀ ਸੀ ਕਹਿੰਦੀ ਕਿ ਸੀਟਾਂ ਦੋ ਬੁੱਕ ਕਰਾ ਕਹੀਂ ਮੈਂ ਪੁੱਛਿਆ ਵੀ ਸੀਗਾ ਬੇਬੇ ਨੂੰ ਕਿ ਬੇਬੇ ਤੇਰੇ ਨਾਲ ਕੌਣ ਜਾਊ ਤੇਰੇ ਚ ਨਹੀਂ ਸਮਝ ਚ ਆਉਂਦੀ ਗੱਲਾਂ ਤਾਂ ਮੇਰੇ ਸਮਝ ਚ ਆਉ। ਉਹ ਇੱਕ ਜانے ਨੂੰ ਬਿਠਾਊਗੀ ਨਾਲ ਸ਼ੀਟ ਤੇ ਆਪੀ ਏਡੀ ਮੋਟੀ ਦੇ ਦੋ ਤੇ ਬਹਿ ਕੇ ਜਾਊਗੀ ਆਪੀ। ਹੁਣ ਮੈਨੂੰ ਕੀ ਪਤਾ ਹੈ ਹਾਂ ਗਰਮੀ ਮੰਨਦੀ ਐ ਫਿਰ ਨਾ ਜਾਵੇ। ਮੈਨੂੰ ਨਹੀਂ ਪਤਾ ਇਸ ਗੱਲ ਦਾ। ਕਿ ਮੈਨੂੰ ਤਾਂ ਤੂੰ 400 ਰੁਪਿਆ ਲਿਆ ਕੇ ਦੇ ਮੈਂ ਸ਼ੀਟਾਂ ਬੁੱਕ ਕਰਾ ਕੇ ਆਵਾਂ ਜੇ ਮੈਂ ਨਾ ਕਰਾ ਕੇ ਆਇਆ ਬੇਬੇ ਨਾਲ ਮੇਰੇ ਨਾਲ ਲੜਪੂਗੀ ਤੈਨੂੰ ਪਤਾ ਤਾਂ ਹੈਗਾ ਆ ਬੇਬੇ ਤਾਂ ਡਰਿਆ ਕਰ ਮੈਥੋਂ ਨਾ ਡਰਿਆ ਕਰ ਲਿਆ ਦਾਨੀਆਂ ਲੈ 400 ਰੁਪਿਆ ਲਿਆ ਹੁਣ ਮੇਰੇ ਨਾਲ ਇਹ ਲੜੀ ਜਾਂਦੀ ਐ ਦੱਸ ਮੈਂ ਕੀ ਕਰਾਂ ਹੁਣ ਬੇਬੇ ਨੇ ਮੈਨੂੰ ਐਂ ਕਹਿਤਾ ਵੀ ਦੋ ਸ਼ੀਟਾਂ ਬੁੱਕ ਕਰਾ ਕੇ ਆ ਮੈਨੂੰ ਤਾਂ ਹੁਣ ਦੋ ਹੀ ਕਰਾਉਣੀਆਂ ਪਣੀਆਂ ਆ ਲੈ ਫੜ ਲੈ 400 ਰੁਪਿਆ ਫੜਾ ਚੰਗਾ ਮੈਂ ਤਾਂ ਸ਼ੀਟ ਬੁੱਕ ਕਰਾ ਕੇ ਆਉਣਾਗਾ ਜੀ ਟੂਟ ਬੁੱਕ ਕਰਾ ਕਿਉਂ ਨਾ ਮਾਂ ਵਰਗਾ ਐ ਨਹੀਂ ਕਹਿੰਦਾ ਵੀ ਆਪਾਂ ਬਗ ਚੱਲਾਂਗੇ ਜਮਾ ਨਹੀਂ ਉਹਨੂੰ ਐ ਇੱਕ ਵਾਰੀ ਨਹੀਂ ਐ ਕਿਹਾ ਵੀ ਬੇਬੇ ਸਾਨੂੰ ਭੇਜ ਦੇ ਵੀ ਮੂੰਹ ਖੋਲ ਲੈ ਤੈਨੂੰ ਦੱਸ ਕੀ ਮੂੰਹ ਚ ਪਾਉਂਦੀ ਆ ਉਹ ਜਕੇਰਾ ਕਹਿਦਾ ਨਾ ਵੀ ਸਾਨੂੰ ਜਾਣ ਦੇ ਦੇ ਕਿਹਾ ਨਹੀਂ ਜਮਾ ਨਹੀਂ ਕਹਿੰਦਾ ਜੇ ਕਹੇ ਤਾਂ ਉਹ ਜਮਾ ਭੇਜ ਦੇ ਪਰ ਇਹ ਕਹਿੰਦਾ ਨਹੀਂ ਇਹ ਆਪ ਹੀ ਮਾਂ ਨੂੰ ਭੇਜ ਕੇ ਰਾਜੀ ਐ ਮੈਨੂੰ ਤਾਂ ਲੈ ਜਾ ਕੇ ਨਹੀਂ ਰਾਜੀ ਨਾ ਲੈ ਕੇ ਜਾ ਹੁਣ ਲਾ ਪਾਲੀ ਨੂੰ ਕਹਿ ਕੇ ਆਵਾਂ ਵੀ ਭੈਣੀ ਸਾਡੀ ਤਾਂ ਭੈਣੇ ਬੇਬੇ ਜਾਊਗੀ ਬੇਬੇ ਨੇ ਸ਼ੀਟ ਬੁੱਕ ਕਰਾਉਣ ਨੂੰ ਵੀ ਕਹਿਤਾ ਸਾਨੂੰ ਕਿੱਥੇ ਜਾਣ ਦਿੰਦੀ ਏ ਇਹ ਵਿਚਾਰੀ ਐਵੇਂ ਡਿੱਕੀ ਜਾਊਗੀ ਚੱਲੋ ਤੇ ਘੋੜੇ ਜਾ ਕੇ ਕਿਹਾ ਨਹੀਂ ਹੋਰ ਕੀ ਕਰਾਂ ਹੁਣ ਜਵਾਬ ਤਾਂ ਫਿਰ ਦੇਣੀ ਪੈਂਦਾ ਅਗਲੇ ਨੂੰ ਉਹ ਐਵੇਂ ਡਿੱਕੀ ਜਾਊਗੀ ਵੀ ਚੱਲਾਂਗੇ ਖੁੱਲ੍ਹੇ ਨਾਲ ਕੋਈ ਕਰੇ ਦੀ ਨਾ ਤਾਂ ਗਾਂਧੀ ਨਾ ਆ ਬਾਅਦ ਜਾ ਖੁੱਲਾ ਪੇ ਕਮਰੇ ਦੇ ਅੰਦਰ ਹੀ ਦੇਖ ਲੈਣੀ ਕੀ ਉਰੇ ਹੁੰਦੀ ਆ ਉਹ ਆ ਪਈ ਐ ਲੈ ਅੰਦਰ ਬੜੀ ਆ ਜਾ ਪੈਣੇ ਉਰਾ ਨਹੀਂ ਮੈਂ ਤਾਂ ਦੇਖਦੀ ਐ ਇੰਨਾ ਪੈਣੇ ਮੈਨੂੰ ਕੋਈ ਦਿਸੇ ਹੀ ਨਹੀਂ ਮੈਂ ਕਿਹ ਕੋਈ ਦਿੰਦੇ ਹੀ ਨਹੀਂ ਗਰਮੀ ਵਾਲੀ ਸੀ ਮੈਂ ਇੱਥੇ ਪੈ ਗਈ ਫੇਰ ਕੀ ਕਰਾਈ ਬਣੀ ਕੁਛ ਨਹੀਂ ਕਰਕੇ ਹੀ ਪੈਣੀ ਕੰਮ ਤਾਂ ਦਾ ਜੀ ਨਿਮੜਕੀਆਂ ਬਸ ਫਿਰ ਮੈਂ ਆਖਾ ਚਲੋ ਦੇ ਕੋਲ ਜਾਈ ਆਮ ਤੇ ਕੀ ਬਣੀ ਤੁਹਾਡੀ ਸਲਾਹ ਪੈਣੀ ਫਿਰ ਤੇ ਨਹੀਂ ਸਾਡੀ ਕਿਹੜੀ ਸਲਾਹ ਬਣੀ ਸਾਡੀ ਤਾਂ ਬੇਬੇ ਤਿਆਰ ਹੋ ਗਈ ਅੱਛਾ ਹਾਂ ਤੇ ਮੈਂ ਤਾਂ ਉਹਨੂੰ ਕਹਿਤਾ ਉਹ ਤਾਂ ਗਿਆ ਸੀ ਟਾ ਬੁੱਕ ਕਰਾਉਣ ਸਾਡਾ ਮੈਂ ਤਾਂ ਉਹਨੂੰ ਕਹਿਤਾ ਮੈਂ ਕਿ ਦੋ ਪੈਣਕੀਆਂ ਵੀ ਕਰਾ ਦੀ ਦੋ ਸਾਡੀਆਂ ਕਿ ਸਾਡੇ ਤਾਂ ਬੇਬੇ ਨੇ ਕਹਿ ਤਾ ਦੋ ਤੇਰਾ ਬਾਈ ਵੀ ਕਰਵਾਉਣਗੇ ਉਹ ਤਾਂ ਉੱਥੇ ਮਿਲ ਜਾਣਗੇ ਫਿਰ ਉੱਥੇ ਫਿਰ ਇਕੱਠੇ ਹੋ ਜਾਣਗੇ ਕਿੱਥੇ ਹੋ ਜਾਣਗੇ ਤੇ ਫਿਰ ਕੀ ਨਹੀਂ ਕਰਾਉਂਦੀਏ ਦੋ ਫਿਰ ਉਹ ਤਾਂ ਕੱਲੀ ਹੈਗੀ ਤੇ ਇਹਨੂੰ ਨਹੀਂ ਪਤਾ ਪੈਣੀ ਇੱਕ ਤਾਂ ਐਡੀ ਮੋਟੀ ਹੋ ਰਹੀ ਹੈਗੀ ਹਾਂ ਤੇ ਉਹ ਤਾਂ ਇੱਕ ਜਾਨੇ ਨੂੰ ਭਾਉਗੀ ਨਾਲ ਤੇ ਨਾਲ ਆ ਦਾ ਬੈਗ ਧਰ ਲੂ ਆਪ ਬੈਜੂ ਹਾਂ ਖਾਈ ਜਾਂਦੀ ਵੇਲੇ ਬੈਠੀ ਹੋਰ ਉੱਥੇ ਜਾਂਦੀ ਹਰ ਵਾਰ ਦੇਸੀ ਘਿਓ ਦੇ ਲੱਡੂ ਖਾ ਜਾਂਦੀ ਆ ਹਾਂ ਸਾਨੂੰ ਕਿੱਥੇ ਜਾਣ ਦਿੰਦੀ ਮੈਨੂੰ ਤਾਂ ਕਿਤੇ ਨਹੀਂ ਜਾਣ ਦਿੰਦੀ ਜਮਾ ਮੈਂ ਤਾਂ ਇਹਨੂੰ ਵੀ ਤਿਆਰ ਕਰ ਲਿਆ ਕਹਿੰਦਾ ਸੀ ਮੈਂ ਕੀ ਕਰੂੰਗਾ ਮੈਂ ਖ ਬਾਈ ਜਾਊਗਾ ਬਾਈ ਨਾ ਮੱਕ ਸੀਗੇ ਨਾ ਤੂੰ ਬਗਜੇਂਗਾ ਮੈਂ ਤਾਂ ਇਹਨੂੰ ਤੇ ਫਿਰ ਵਧੀਆ ਸਾਂਗਾ ਤੁਸੀਂ ਜਾਇਓ ਕਿਹ ਤਾਂ ਜਾਂਦਾ ਨਹੀਂ ਸੀ ਇਹ ਤਾਂ ਤੇਰੇ ਨਾਲ ਬਾਈ ਨਾਲ ਤਿਆਰ ਹੋਇਆ ਮੇਰੇ ਭਾਈ ਜਾਊਗਾ ਫਿਰ ਉੱਥੇ ਮਿਲ ਲੇਗੀ ਕੀ ਤੇਰੇ ਬਾਈ ਨੂੰ ਪੁੱਛ ਲੈ ਉੱਥੇ ਹਾਂ ਹਾਂ ਅੱਜ ਜਾਊਗਾ ਹਾਂ ਹੂੰ ਤੇ ਪਰ ਥੋੜੀ ਬੁੜੀ ਦੀ ਮਾੜੀ ਗੱਲ ਹੈ ਪੈਣੀ ਸੋਨੂੰ ਜਾਣ ਦੇਣਾ ਸਾਇਦ ਕੀ ਹਰ ਵਾਰੀ ਜਾਂਦੀ ਹੈ ਹੋਰ ਹਰ ਵਾਰੀ ਜਾਂਦੀ ਹੈ ਇਹ ਨਹੀਂ ਕਿਆ ਤੇਰਾ ਬਾਈ ਨਹੀਂ ਕਹਿੰਦਾ ਜੇ ਤੇਰੇ ਬਾਈਆਂ ਕਹਿੰਦੇ ਨਾ ਬੇਬੇ ਸਾਨੂੰ ਜਾਣ ਦੇ ਦੇ ਉਹਨੂੰ ਜਵਾਬ ਨਹੀਂ ਸੀ ਦਿੰਦੀ ਤੇ ਮੇਰਾ ਬਾਈ ਮੂਰੋ ਕਰੜਾ ਹੋ ਜਾਏ ਕਹੇ ਦੇ ਬੇਬੇ ਤੂੰ ਹਰ ਵਾਰੀ ਬਾਈ ਕਿੱਥੇ ਹੁੰਦਾ ਕਰੜਾ ਬਾਈ ਤਾਂ ਡਰਦਾ ਉਹ ਤੋਂ ਮੈਨੂੰ ਕਹਿੰਦਾ ਤੂੰ ਪੁੱਛ ਲੈ ਮੈਂ ਅਖ ਮੈਂ ਇੱਥੋਂ ਨਹੀਂ ਪੁੱਛੀ ਤਾਂ ਮੇਰੇ ਤਾਂ ਪੈਣੇ ਉਹ ਗੱਲ ਪੈ ਜਾਂਦੀ ਹੈ ਪੇੜੀ ਵਾਲੀ ਹੈ ਆਈ ਨੀ ਵੀ ਨਿਮ ਕਿ ਮਾੜੀ ਐ ਜਮਾਈ ਥੱਲੇ ਲੱਗੇ ਪਏ ਦਸਤ ਬੁੜੀ ਦੇ ਫਿਰ ਛੋਡੀ ਤਾਂ ਨਰਮ ਐ ਬੇਬੇ ਤੂੰ ਤਾਂ ਸਾਡੀ ਤਾਂ ਬੇਬੇ ਕੁਛ ਨਹੀਂ ਕਹਿੰਦੀ ਸਾਡੀ ਬੇਬੇ ਕਹਿੰਦੀ ਤੁਸੀਂ ਜਾਇਓ ਭਾਈ ਦੋਨੋਂ ਜਾਣੇ ਜਵਾਕਾਂ ਹੀ ਜਵਾਕ ਹੀ ਜਾਂਦੇ ਹੁੰਦੇ ਐ ਕਹਿੰਦੀ ਫਿਰ ਤੂੰ ਤਾਂ ਹੁਣ ਪਿਛਲੀ ਵਾਰ ਵੀ ਜਾਇਆਈ ਸੀ ਹਾਂ ਮੈਨੂੰ ਤਾਂ ਇੱਟ ਕੀ ਸੀ ਗੱਲ ਐ ਮੈਂ ਇੱਕ ਚੱਲ ਪੁੱਛ ਲੂਗਾ ਤੇਰਾ ਬਾਈ ਲੈ ਇਹ ਤਾਂ ਮਾੜੀ ਗੱਲ ਐ ਪੈਣੇ ਮੈਂ ਤਾਂ ਉਹਨੂੰ ਕਹਿ ਬੈਠੀ ਉਹ ਵੀ ਤਿਆਰ ਹੋ ਗਿਆ ਉਹ ਮੈਨੂੰ ਆਖੂਗਾ ਹੁਣ ਵੀ ਬਾਈ ਤੇ ਜੇ ਨਾ ਗਿਆ ਤਾਂ ਫਿਰ ਮੈਨੂੰ ਆਖੂ ਮੈਣੀ ਜਾਂਦਾ ਨਹੀਂ ਫਿਰ ਕੀ ਹੁੰਦਾ ਸਾਰਾ ਪਿੰਡ ਜਾਂਦਾ ਤੁਸੀਂ ਤਾਂ ਜਾਇਓ ਤੁਸੀਂ ਤਾਂ ਨਹੀਂ ਹੁਣ ਜਾਨੀ ਆ ਪੈਣੀ ਮੈਂ ਤਾਂ ਦੱਸ ਕੇ ਨਹੀਂ ਆਈ ਸੀ ਸਾਡੇ ਵਾਲੀ ਤਾਂ ਅੱਗ ਮਚਾ ਦੂਗੀ ਬੇਬੇ ਜੇ ਐ ਪਤਾ ਲੱਗ ਗਿਆ ਵੀ ਕਿੱਧਰ ਗਈ ਚਲ ਦੇਖਦੇ ਆ ਕੀ ਬਣਦੀ ਐ ਰੈਫਰ ਗਏ ਆ ਤਾਂ ਮੈਂ ਤਾਂ ਪਸ਼ੂਆਂ ਦੇ ਬਹਾਨੇ ਆਈ ਸੀ ਬਾਹਰ ਗਈ ਸੀ ਪਸ਼ੂਆਂ ਕੋਲੇ ਜਿਹੜਾ ਮਾਨ ਮੱਖ ਭੱਜ ਕੇ ਗਈ ਆ ਚਲ ਇਨੇ ਬੰਨਣਾ ਤੂੰ ਆ ਗਈ ਛੋਟ ਤੂੰ ਚਾਹਵੇਂ ਨਹੀਂ ਬਾਹਰ ਨਿਕਲ ਨਾ ਬਾਹਰ ਨਹੀਂ ਨਿਕਲਣ ਦਿੰਦੀ ਸਾਰੀ ਕੱਢਣ ਦਿੰਦੀ ਹਾਂ ਮੈਂ ਤਾਂ ਹੁਣ ਉਹ ਪਈ ਸੀਮਿੰਟ ਹੁਣ ġੇੜਾ ਦੇ ਕਿਹᱧ ਝਾਪੜੂਗੀ ਮੈਂ ਤਾਂ ਕਿਧਰ ਪਸ਼ੂਆਂ ਕੋਲੇ ਆਈ ਹਾਂ ਜੀ ਪੁੱਛੂਗੀ ਤੂੰ ਵੀ ਨਾ ਦੱਸੀ ਪੈਣ ਮੈਨੂੰ ਨਹੀਂ ਦੱਸਦੀ ਮੈਂ ਨਹੀਂ ਦੱਸਦੀ ਮੈਨੂੰ ਪਤਾ ਛੋੜੀ ਬੁ ਲਓ ਤੇ ਟਿਕਟ ਬੁੱਕ ਕਰਾਉਣ ਗਿਆ ਕਹਿੰਦਾ ਕਿ ਮੈਂ ਵੀ ਚੱਲ ਬੜੂਗਾ ਨਾਲ ਜੇ ਕਿ ਭਾਈ ਜਾਊਗਾ ਤਾਂ ਥਣਾ ਹੀ ਨਹੀਂ ਪਤਾ ਵੀ ਕੀ ਬਣੂਗਾ ਚਲੋ ਭਾਈ ਜਾਇ ਤੇ ਪਤਾ ਲੱਗੂ ਉੱਥੇ ਟਿਕਟ ਟਾਉਣਗੇ ਉਦੋਂ ਬੱਕਰੀ ਸੋ ਚੈਨਲ ਦੀ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਸਤਰੀ ਕਾਲ ਹੁਣੇ-ਹੁਣੇ ਜੇ ਤੁਸੀਂ ਸਾਡੀ ਵੀਡੀਓ ਦੇਖੀ ਐ ਇਹਦਾ ਅਗਲਾ ਐਪੀਸੋਡ ਜ਼ਰੂਰ ਦੇਖਣਾ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਕਿਦਾਂ ਦੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਬਾਰ-ਬਾਰ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੱਕਰੀ ਸੋਚ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਕਮੈਂਟ ਕੀਤੇ ਐ ਸੀ ਨਾਮ ਬੋਲਣ ਜਾ ਰਹੇ ਹਾਂ ਚਰਨਜੀਤ ਕੌਰ ਰਾਣਾ ਲਹਿਰੀ ਅਮਰ ਸਿੰਘ ਪਟਿਆਲਾ ਸਰਬਜੀਤ ਢਿੱਲੋਂ ਗੁਰਦੀਪ ਢਾਲੀਵਾਲ ਪਰਮੇਸ਼ਰ ਕੁਮਾਰ ਬੰਸਲ ਸਿਰਸਾ ਹਰਿਆਣਾ ਨਵਜੋਤ ਬਰਾੜ ਸੁਖਜੀਤ ਕੌਰ ਹਰਪ੍ਰੀਤ ਸਿੰਘ ਅਨੀਤਾ ਰਾਣੀ ਜਸ ਨੀਲੋਂ ਮਾਨਸਾ ਗੁਰਿੰਦਰ ਮਾਨ ਕਮਲਜੀਤ ਮੰਦਰ ਯੂ ਐਸ ਏ ਬੋਬੀ ਰਾਜਾ ਹਾਂਗਕਾਂਗ ਮਨਜੀਤ ਕੌਰ ਬਡਾਣਾ ਡਾਕਟਰ ਰਣਜੀਤ ਸਿੰਘ ਖੰਘੂਰਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਜੀਂਦਰ ਧਾਲੀਵਾਲ ਚੱਕ ਕਲਾਂ ਨੀਤਾ ਰਾਣੀ ਪ੍ਰੋਮ ਬਟਿੰਡਾ ਕੁਲਵਿੰਦਰ ਕੌਰ ਨਾਗਰਾ ਗੁਰਪਿੰਦਰ ਸਿੰਘ ਰਿਸ਼ਪਾਲ ਸਿੰਘ ਕੁਲਵਿੰਦਰ ਸਿੱਧੂ ਪ੍ਰਸ਼ੋਤਮ ਜਿੰਦਲਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੰਨਉ ਰਹੀ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ